ਆਪਾਂ ਕੁਐਸਚਨ ਨੰਬਰ ਫਸਟ ਦੇ ਵਿੱਚ ਇਹ ਸਿੱਖਿਆ ਸੀ ਕਿ ਕੁਆਡਰੈਟਿਕ ਇਕੁਏਸ਼ਨ ਆ ਜਿਹੜੀ ਉਹ ਕੀ ਹੁੰਦੀ ਹੈ ਜਾਂ ਦੋ ਘਾਤੀ ਸਮੀਕਰਨ ਕੀ ਹੁੰਦੀ ਆ। ਹਾਂ ਬਈ ਕੀ ਹੁੰਦੀ ਹੈ ਬੇਟਾ ਦੋ ਘਾਤੀ ਸਮੀਕਰਨ ਜਿਹਦੇ ਵਿੱਚ ਪਾਵਰ ਕੀ ਆ, ਹਾਈਐਸਟ ਪਾਵਰ ਆ ਜਿਹੜੀ ਉਹ ਕਿੰਨੀ ਹੋਵੇ, ਦੋ ਹੋਵੇ, ਉਹ ਦੋ ਘਾਤੀ ਸਮੀਕਰਨ ਹੁੰਦੀ ਆ। ਤਾਂ ਹੁਣ ਜਿਹੜਾ ਸੈਕਿੰਡ ਸਮ ਆ ਉਹਦੇ ਵਿੱਚ ਆਪਾਂ ਨੂੰ ਦੋ ਘਾਤੀ ਸਮੀਕਰਨ ਬਣਾਉਣ ਲਈ ਕਿਹਾ, ਉਹਦੇ ਲਈ ਸਾਨੂੰ ਅਲੱਗ ਅਲੱਗ ਕੰਡੀਸ਼ਨਸ ਦਿੱਤੀਆਂ ਵੀ ਆ ਅਤੇ ਉਹਦੇ ਤੋਂ ਆਪਾਂ ਉਹਨਾਂ ਕੰਡੀਸ਼ਨਸ ਨੂੰ ਯੂਜ਼ ਕਰਕੇ ਦੋ ਘਾਤੀ ਸਮੀਕਰਨ ਯਾਨੀ ਕਿ ਕੁਆਡਰੈਟਿਕ ਇਕੁਏਸ਼ਨ ਬਣਾਉਣੀ ਆ। ਤਾਂ ਪਹਿਲਾ ਵਰਡ ਸਾਡਾ ਕੀ ਆ, ਦਾ ਏਰੀਆ ਆਫ ਏ ਰੈਕਟੈਂਗੂਲਰ ਪਲੋਟ ਇਜ਼ 528 ਮੀਟਰ ਸਕੇਅਰ, ਕਿਉਂਕਿ ਏਰੀਆ ਜਿਹੜਾ ਉਹਦੀ ਯੂਨਿਟ ਹਮੇਸ਼ਾ ਸਕੇਅਰ ਹੁੰਦੀ ਆ, ਠੀਕ ਆ। ਤਾਂ ਦਾ ਲੈਂਥ ਆਫ ਦਾ ਪਲੋਟ ਇਨ ਮੀਟਰਸ ਇਜ਼ 1 more than ਟਵਾਈਸ ਇਟਸ ਬ੍ਰੈਡਥ। ਜਦੋਂ ਅਸੀਂ ਇੰਨੇ ਫਲੋ ਦੇ ਵਿੱਚ ਕੋਈ ਵੀ ਰਕਮ ਪੜ੍ਹ ਦਿੰਦੇ ਹਾਂ ਨਾ, ਸਾਨੂੰ ਸਮਝ ਨਹੀਂ ਲੱਗਦੀ। ਕੋਈ ਵੀ ਸਟੇਟਮੈਂਟ ਨੂੰ ਸਮਝਣ ਦੇ ਲਈ ਸਾਨੂੰ ਥੋੜ੍ਹੀ ਥੋੜ੍ਹੀ ਸਟੇਟਮੈਂਟ ਪੜ੍ਹ ਕੇ ਉਹਦਾ ਮੀਨਿੰਗ ਅੰਡਰਸਟੈਂਡ ਕਰਨਾ ਚਾਹੀਦਾ ਵੀ ਸਾਨੂੰ ਕੀ ਦਿੱਤਾ ਵਿਆ, ਕੀ ਸਾਡੇ ਤੋਂ ਪੁੱਛਿਆ। ਜਿਵੇਂ ਦਾ ਏਰੀਆ ਆਫ ਏ ਰੈਕਟੈਂਗੂਲਰ ਪਲੋਟ ਵੀ ਸਾਨੂੰ ਕੀ ਦਿੱਤਾ ਵਿਆ, ਪੰਜਾਬੀ ਦੇ ਵਿੱਚ ਵੀ ਆਪਾਂ ਸਟੇਟਮੈਂਟ ਨਾਲ ਹੀ ਪੜ੍ਹ ਲੈਂਦੇ ਹਾਂ, ਇੱਕ ਆਇਤਾਕਾਰ ਪਲੋਟ ਦਾ ਖੇਤਰਫਲ, ਆਇਤਾਕਾਰ ਪਲੋਟ ਦਾ ਖੇਤਰਫਲ 528 ਮੀਟਰ ਸਕੇਅਰ ਆ। ਮਤਲਬ ਕਿ ਸਾਨੂੰ ਕੀ ਦੇਤਾ, ਏਰੀਆ ਦੇਤਾ ਪਲੋਟ ਦਾ ਜਾਂ ਖੇਤਰਫਲ। ਪੰਜਾਬੀ ਮੀਡੀਅਮ ਵਾਲੇ ਪੰਜਾਬੀ 'ਚ ਲਿਖਣਗੇ, ਵਾਰੀ ਵਾਰੀ ਮੈਨੂੰ ਇਹੀ ਗੱਲ ਦੱਸਣੀ ਪੈਂਦੀ ਆ। ਏਰੀਆ ਆਫ ਰੈਕਟੈਂਗੂਲਰ ਪਲੋਟ ਸਾਨੂੰ ਹੁਣ ਪਤਾ ਹੀ ਆ ਕਿ ਅਸੀਂ ਰੈਕਟੈਂਗਲ ਦੀ ਗੱਲ ਕਰਦੇ ਪਏ ਹਾਂ, ਤਾਂ ਉਹ ਵੱਡੀ ਸਾਰੀ ਲਾਈਨ ਲਿਖਣ ਦੀ ਲੋੜ ਨਹੀਂ। ਜੇ ਤੁਸੀਂ ਲਿਖਣੀ ਵੀ ਹੋਵੇ ਤਾਂ ਲਿਖ ਸਕਦੇ ਹਾਂ, ਏਰੀਆ ਆਫ ਰੈਕਟੈਂਗੂਲਰ ਪਲੋਟ ਇਜ਼ ਇਕੁਅਲ ਟੂ 528 ਮੀਟਰ ਸਕੇਅਰ। ਅੱਛਾ, ਹੁਣ ਸਾਨੂੰ ਕੰਡੀਸ਼ਨ ਕੀ ਦਿੱਤੀ ਆ, ਧਿਆਨ ਨਾਲ ਅਸੀਂ ਪੜ੍ਹਨਾ, ਦਾ ਲੈਂਥ ਆਫ ਦਾ ਪਲੋਟ ਇਜ਼ 1 more than ਟਵਾਈਸ ਇਟਸ ਬ੍ਰੈਡਥ। ਮਤਲਬ ਕੀ ਆ ਵੀ ਜਿਹੜੀ ਲੈਂਥ ਆ ਉਹ ਇੱਕ ਜ਼ਿਆਦੇ ਆ, ਕਾਹਦੇ ਤੋਂ ਇੱਕ ਜ਼ਿਆਦੇ ਆ, ਟਵਾਈਸ ਇਟਸ ਬ੍ਰੈਡਥ, ਜਿੰਨੀ ਬ੍ਰੈਡਥ ਆ, ਟਵਾਈਸ ਦਾ ਮਤਲਬ ਉਹਦੇ ਦੁੱਗਣੇ ਤੋਂ ਇੱਕ ਵੱਧ ਆ। ਪੰਜਾਬੀ ਵਿੱਚ ਵੀ ਪੜ੍ਹ ਲਓ, ਪਲੋਟ ਦੀ ਲੰਬਾਈ ਚੜ੍ਹਾਈ ਦੇ ਦੁੱਗਣੇ ਤੋਂ ਇੱਕ ਵੱਧ ਆ। ਤਾਂ ਹੁਣ ਸਾਨੂੰ ਲੰਬਾਈ ਜਾਂ ਚੌੜਾਈ ਦੇ ਵਿੱਚੋਂ ਇੱਕ ਚੀਜ਼ ਨੂੰ ਮੰਨਣਾ ਪੈਣਾ, ਤਾਂ ਇਹ ਹੁਣ ਅਸੀਂ ਸਾਡੀ ਅੰਡਰਸਟੈਂਡਿੰਗ ਆ ਵੀ ਅਸੀਂ ਕਿਹਨੂੰ ਮੰਨਣਾ, ਅਸੀਂ ਉਸ ਚੀਜ਼ ਨੂੰ ਲੈਟ ਕਰਨਾ ਹੁੰਦਾ ਜਾਂ ਮੰਨ ਕੇ ਜਾਂ ਜ਼ੂਮ ਕਰਕੇ ਚੱਲਣਾ ਹੁੰਦਾ ਜਿਹਦੇ 'ਤੇ ਕੋਈ ਕੰਡੀਸ਼ਨ ਨਹੀਂ ਲੱਗੀ। ਵੀ ਵੇਖੋ, ਲੈਂਥ 'ਤੇ ਕੰਡੀਸ਼ਨ ਲੱਗ ਗਈ ਵੀ ਜਿਹੜੀ ਲੈਂਥ ਆ ਉਹ ਬ੍ਰੈਡਥ ਤੋਂ ਦੇ ਦੁੱਗਣੇ ਤੋਂ ਇੱਕ ਜ਼ਿਆਦੇ ਆ, ਤਾਂ ਇਹਦਾ ਕੀ ਮਤਲਬ ਆ, ਸਾਨੂੰ ਕਿਹੜੀ ਚੀਜ਼ ਨੂੰ ਮੰਨਣਾ ਚਾਹੀਦਾ ਵਾ, ਬ੍ਰੈਡਥ ਨੂੰ। ਤਾਂ ਆਪਾਂ ਕਹਾਂਗੇ ਮੰਨ ਲਓ ਚੌੜਾਈ ਬਰਾਬਰ, ਇੰਗਲਿਸ਼ ਵਾਲੇ ਲਿਖਣਗੇ ਲੈਟ ਇਕੁਅਲ ਟੂ ਐਕਸ। ਹੁਣ ਆਪਾਂ ਕੱਢਣੀ ਇਸ ਤੋਂ ਬਾਅਦ ਕੀ ਆ, ਤਾਂ ਲੈਂਥ ਕਿੰਨੀ ਆਊਗੀ, ਲੈਂਥ ਦਾ ਮਤਲਬ ਕਿੰਨੀ ਕੀ ਹੋਗੀ, ਲੰਬਾਈ। ਤਾਂ ਹੁਣ ਉਹ ਕੰਡੀਸ਼ਨ ਆਪਾਂ ਅਪਲਾਈ ਕਰੀਏ, ਦਾ ਲੈਂਥ ਆਫ ਦਾ ਪਲੋਟ ਇਜ਼ 1 more than ਟਵਾਈਸ ਇਟਸ ਬ੍ਰੈਡਥ, ਪਲਾਟ ਦੀ ਲੰਬਾਈ ਚੌੜਾਈ ਦੇ ਦੁੱਗਣੇ ਤੋਂ। ਤਾਂ ਪਹਿਲਾਂ ਆਪਾਂ ਚੌੜਾਈ ਦਾ ਟਵਾਈਸ ਕਰ ਦਈਏ, ਦੁੱਗਣਾ ਕਰ ਦਈਏ, 2x ਹੋ ਗਿਆ, ਉਹਦੇ ਤੋਂ ਇੱਕ ਵੱਧ ਹੋ ਗਈ, ਯਾਨੀ ਕਿ ਪਲੱਸ ਦੇ ਇੱਕ ਹੋ ਗਿਆ। ਤਾਂ ਹੁਣ ਏਰੀਆ ਤੁਹਾਨੂੰ ਪਤਾ ਰੈਕਟੈਂਗਲ ਦਾ ਕੀ ਹੁੰਦਾ, ਕੀ ਹੁੰਦਾ ਏਰੀਆ ਆਫ ਰੈਕਟੈਂਗੂਲਰ ਪਲੋਟ, ਆਪਾਂ ਲਿਖਣਾ ਏਰੀਆ ਲੈਂਥ ਮਲਟੀਪਲਾਈ ਬ੍ਰੈਡਥ। ਤਾਂ ਪੰਜਾਬੀ ਵਾਲੇ ਬੱਚੇ ਇਹਨੂੰ ਖੇਤਰਫਲ ਲਿਖ ਲੈਣਗੇ, ਠੀਕ ਆ। ਤਾਂ ਹੁਣ ਬੇਟਾ ਲੈਂਥ ਇੰਟੂ ਬ੍ਰੈਡਥ, ਲੈਂਥ ਸਾਡੇ ਕੋਲ ਕਿੰਨੀ ਆ, 2x ਪਲੱਸ 1, ਅਤੇ ਬ੍ਰੈਡਥ ਕਿੰਨੀ ਆ, ਐਕਸ, ਅਤੇ ਏਰੀਆ ਆਪਾਂ ਨੂੰ ਆਲਰੇਡੀ ਦੇ ਤਾ ਸੀ 528, ਆਪਾਂ ਲਿਖ ਲਿਆ 528। ਹੁਣ ਇਹਨੂੰ ਆਪਾਂ ਕਰੀਏ ਸੋਲਵ, ਇਹ ਤੁਸੀਂ ਬਹੁਤ ਵਾਰੀ ਸੋਲਵ ਹੁਣ ਕਰ ਹੀ ਚੁੱਕੇ ਹਾਂ। ਐਕਸ ਦੀ 2x ਨਾਲ ਮਲਟੀਪਲੀਕੇਸ਼ਨ ਹੋ ਗਈ 2x ਸਕੇਅਰ ਪਲੱਸ ਐਕਸ, ਅਤੇ 528 ਉੱਧਰ ਜਾ ਕੇ ਮਾਈਨਸ ਦੇ ਬਣ ਗਏ ਇਜ਼ ਇਕੁਅਲ ਟੂ 0। ਤਾਂ ਦੇਖੋ ਦੋ ਘਾਤੀ ਸਮੀਕਰਨ ਬਣ ਗਏ। ਇਹੀ ਸਾਨੂੰ ਕਿਹਾ ਸੀ ਕਿ ਕੁਆਡਰੈਟਿਕ ਇਕੁਏਸ਼ਨ ਤੁਸੀਂ ਬਣਾਓ
तो यह साड़ी दो घाती समीकरण इस गिवन स्टेटमेंट तो रेडी हो गई। सेकंड पार्ट दे विच देखो आपां नूं की दिता गया, द प्रोडक्ट ऑफ टू कंजैक्टिव पॉजिटिव इंटीजर्स इज 306। वी नीड टू फाइंड द इंटीजर्स दो लगातार धनात्मक संपूर्ण संख्यावां दा गुणनफल 306 है, तो आप दो संपूर्ण संख्यावां जिहड़ियां उह की आ पता करनियां। तो सारे तो पहला तो थोनों यह पता होना चाहिए कि संपूर्ण संख्यावां जां इंटीजर्स की होंगे आ। दूजे नंबर पर थोनों यह पता होना चाहिए भी कंजैक्टिव नंबरस की होंगे आ या लगातार नंबर आ जिहड़े वह की होंगे आ। तो बेटे इंटीजर्स जिमें कि आप पहला कर चुके हैं भी नंबर लाइन के उत्ते एक पासे प्लस वाली रकम होंगे नंबर होंगे अंक होंगे, एक पासे माइनस वाले होंगे विचाले जीरो होंगी आ, तो वह सारे की होंगे इंटीजर्स या संपूर्ण संख्यावां होंदिया। ठीक है, तो फिर पॉजिटिव का मतलब की आ भी असी सिर्फ जमा वालियां दी गल करनी आ, माइनस वालियां दी गल नहीं करनी। धनात्मक का मतलब भी सिर्फ जिहड़ियां प्लस वालियां संपूर्ण संख्यावां उन्हां दी गल करनी आ। हुण गल आ गई कंजैक्टिव। इंग्लिश मीडियम वाले बच्चों को थोड़ा जा लगेगा भी यह नवा जहा शब्द आ, पंजाबी विच तां साफ ही लिखा हुआ दो लगातार धनात्मक। लगातार का मतलब या कंजैक्टिव का मतलब जिमें कोई भी दो अंक तुसी लेने आ, जिमें मान लो दो ते तीन लगातार अगे पिछे आउंदे आ, तीन ते चार, चार ते पंज, तां लगातार। हुण जे मान लो जनरल आपां लैणा होवे कोई भी अंक तां आपां किवें लवांगे, जे एक्स की फॉर्म में लैना हो, मान लो एक अपना ले लिया एक्स तो दूजा कितना होगा, दो एक्स, वो तो दुगना हो गया, फिर एक वध नहीं होया। जे दो ते तीन तो अगला अंक दो, तो अगला अंक दो जमा एक तीन, तीन तो अगला अंक तीन जमा एक चार, चार तो अगला अंक चार जमा एक, तो एवं जे आप लिया एक्स तो दूजा कितना होगा, है जे एक अंक एक्स आ तो दूजा कितना होगा, एक्स दी एक, एक्स प्लस एक। जे दो तो अगला अंक दो जमा एक तीन आ, तो एक्स तो अगला अंक एक्स जमा एक ही होगा। मान लो भी एक्स आ जिहड़ा वह दो आ, तो उदो अगला दो जमा एक तीन, ठीक है, तो उवें ही एक्स तो अगला एक्स जमा एक। तो हुण आपां लैट टू कंजैक्टिव पॉजिटिव इंटीजर्स इज इक्वल टू, मान लो दो लगातार धनात्मक संपूर्ण संख्याओं। ठीक है, बुक दे विच्चों ये है, तुसी स्टेटमेंट चो ही लिख लेना केड़ियां केड़ियां एक्स ते एक्स जमा एक। ठीक है, हुण आपां नूं दित्ता की है दोवां दा गुणनफल किन्ना दित्ता व्या 306, तो एक्स ते एक्स जमा एक दा गुणनफल बराबर 306। तो ये हुण गुणा करनी, देखो वो जिहड़े आपां पहला सवाल किया ये नहीं भी उहदा कोई फायदा नहीं होना सानूं, उहदा अग्गे जाके बस आह मल्टीप्लाई सारे किते यही कुछ होगा, तो क्योंकि पहले सम च थोड़ी इन्नी क प्रैक्टिस होई होगी, हुण जिवें छोटी जी मल्टीप्लीकेशन आ तुसीं मिंट च कर लैणी है ना। तो एक्स स्केयर प्लस एक्स तो इधर आ गया, इनू इधर तां लियाउंदी आ क्योंकि थोनों जिवें मैं दस्या पहला भी इक्वेशन उदों बनती है जदों बराबर की होवे जीरो। ठीक है, तो यह बन गई अपनी दो घाती समीकरण बन गई, हाईएस्ट पावर टू आ गई, तो यह एक क्वाड्रेटिक इक्वेशन बन गई थोड़े को, तो यह साडा आंसर। क्वेश्चन नंबर सैकेंड का थर्ड पार्ट, रोहनस मदर इज 26 ईयर्स ओल्डर दैन हिम, द प्रोडक्ट ऑफ देयर एजिस इन ईयर्स 3 years from now will be 360। रोहन की माँ उस नालों 26 साल वड्डी है, हुण तो 3 साल बाद उन्हां दियां उमरां दा गुणनफल 360 हो जाएगा। ये सानू कंडीशन दिती भी आ, इहदे तो असी दो घाती समीकरण या क्वाड्रेटिक इक्वेशन बनाउणी है,
ਤਾਂ ਇਹਦੇ ਲਈ ਜਿਵੇਂ ਕਿ ਆਪਾਂ ਪਹਿਲੇ ਦੋ ਪਾਰਟਸ ਦੇ ਵਿੱਚ ਵੀ ਅਜ਼ਿਊਮ ਕਰਦੇ ਸੀ, ਲੈਟ ਕਰਦੇ ਸੀ ਜਾਂ ਮੰਨਦੇ ਸੀ, ਹੁਣ ਆਪਾਂ ਸਟੇਟਮੈਂਟ ਜਦੋਂ ਧਿਆਨ ਨਾਲ ਪੜ੍ਹਾਂਗੇ ਸਾਨੂੰ ਆਪੇ ਹੀ ਪਤਾ ਲੱਗ ਜੂ। ਵੈਸੇ ਤੁਹਾਨੂੰ ਸਟੇਟਮੈਂਟ ਦੇ ਵਿੱਚ ਬੁੱਕ ਦੇ ਵਿੱਚ ਹਿੰਟ ਦਿੱਤਾ ਵਿਆ ਕਿ ਤੁਸੀਂ ਕੀ ਮੰਨ ਸਕਦੇ ਆ, ਪਰ ਸਾਨੂੰ ਆਪਣੇ ਆਪ ਇਹ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਵੀ ਅਸੀਂ ਕਿਹੜੀ ਚੀਜ਼ ਨੂੰ ਅਜ਼ਿਊਮ ਕਰਨਾ। ਤਾਂ ਜਿਵੇਂ ਕਿ ਬੇਟਾ ਇਹਦੇ ਵਿੱਚ ਤੁਹਾਨੂੰ ਕਿਹਾ ਵੀ ਰੋਹਨ ਦੀ ਜਿਹੜੀ ਮਦਰ ਆ ਉਹਦੀ ਏਜ ਰੋਹਨ ਦੇ ਨਾਲੋਂ 26 ਸਾਲ ਜ਼ਿਆਦਾ ਹੈ, ਤਾਂ ਸਾਨੂੰ ਇਹ ਤੋਂ ਕਲੀਅਰ ਹੁੰਦਾ ਵੀ ਸਾਨੂੰ ਜੇ ਰੋਹਨ ਦੀ ਏਜ ਪਤਾ ਹੋਊਗੀ ਤਾਂ ਅਸੀਂ ਉਹਦੀ ਮਦਰ ਦੀ ਏਜ ਆ ਜਿਹੜੀ ਉਹ ਦੱਸ ਸਕਦੇ ਹਾਂ। ਤਾਂ ਜਿਵੇਂ ਕਿ ਮੰਨ ਲਓ ਵੀ ਤੁਹਾਡੀ ਏਜ ਆ ਜਿਹੜੀ ਇਸ ਟਾਈਮ 15 ਸਾਲ ਆ, ਜੇ ਤੁਸੀਂ ਆਪਦੀ ਮਦਰ ਦੀ ਏਜ, ਤੁਹਾਡੀ ਮਦਰ ਦੀ ਏਜ ਤੁਹਾਡੇ ਨਾਲੋਂ 26 ਸਾਲ ਵੱਧ ਹੋਵੇ ਤਾਂ ਤੁਸੀਂ 15 ਦੇ ਵਿੱਚ 26 ਨੂੰ ਕੀ ਕਰੋਗੇ, ਪਲੱਸ ਕਰੋਗੇ। ਤਾਂ ਉਸੇ ਤਰ੍ਹਾਂ ਆਪਾਂ ਮੰਨ ਲੈਂਦੇ ਹਾਂ, ਮੰਨ ਲਓ ਰੋਹਨ ਦੀ ਉਮਰ ਬਰਾਬਰ ਐਕਸ, ਲੈਟ ਰੋਹਨ ਏਜ ਇਜ ਇਕਲ ਟੂ ਐਕਸ। ਤੁਸੀਂ ਨਾਲ ਇਹਦੇ ਸਾਲ ਵੀ ਲਿਖ ਸਕਦੇ ਹਾਂ, ਆਪਾਂ ਨੂੰ ਕਿਹਾ ਵਿਆ ਹੀ ਆ ਕਿ ਜਿਹੜੀ ਉਮਰ ਆ ਉਹ ਸਾਲਾਂ ਦੇ ਵਿੱਚ ਤਾਂ ਐਕਸ ਈਅਰਸ। ਅਤੇ ਫਿਰ ਉਹਦੀ ਮਾਂ ਦੀ ਉਮਰ ਕਿੰਨੀ ਆ, ਮਦਰਸ ਏਜ ਕਿੰਨੀ ਹੋ ਗਈ, ਐਕਸ ਪਲੱਸ 26। ਹੁਣ ਉਹਨੇ ਨਾਲ ਨਾ ਸਾਨੂੰ ਇੱਕ ਇਹ ਕੰਡੀਸ਼ਨ ਦੇ ਦਿੱਤੀ ਵੀ ਹੁਣ ਤੋਂ 3 ਸਾਲ ਬਾਅਦ, ਤਾਂ ਇੱਥੇ ਹੁਣ ਆਪਾਂ ਇਹ ਧਿਆਨ ਦੇਣਾ ਕਿ ਆਫਟਰ 3 ਈਅਰਸ 3 ਸਾਲ ਬਾਅਦ ਜੇ ਹੁਣ ਅੱਜ ਤੁਹਾਡੀ ਉਮਰ 15 ਸਾਲ ਆ, 3 ਸਾਲ ਬਾਅਦ ਤੁਹਾਡੀ ਕਿੰਨੀ ਹੋ ਜੂਗੀ, 18 ਸਾਲ। ਤੁਸੀਂ 15 ਦੇ ਵਿੱਚ 18 ਨੂੰ ਕੀ ਕੀਤਾ, ਪਲੱਸ, ਤਾਂ ਇਹਦਾ ਮਤਲਬ 3 ਸਾਲਾਂ ਬਾਅਦ ਰੋਹਨ ਦੀ ਏਜ ਕਿੰਨੀ ਹੋ ਜੂਗੀ, ਰੋਹਨ ਦੀ ਉਮਰ ਜਾਂ ਰੋਹਨ ਏਜ ਕਿੰਨੀ ਹੋਊਗੀ, ਬੋਲੋ, ਵੈਰੀ ਗੁੱਡ, ਰੋਹਨ ਦੀ ਏਜ ਕਿੰਨੀ ਹੋ ਜੂਗੀ, ਐਕਸ ਪਲੱਸ 3। ਅਤੇ ਫਿਰ ਉਹਦੀ ਮਦਰ ਦੀ, ਮਾਂ ਦੀ ਉਮਰ ਹਾਂਜੀ ਜਿੰਨੀ ਰੋਹਨ ਦੀ ਉਮਰ ਆ, ਐਕਸ ਜਮ੍ਹਾਂ 3 ਅਤੇ ਉਹਦੇ ਤੋਂ 26, ਕਿਉਂਕਿ ਉਹਦੀ ਜਿੰਨੀ ਰੋਹਨ ਦੀ ਏਜ ਹੋਊਗੀ 3 ਸਾਲਾਂ ਬਾਅਦ ਉਹਦੀ ਮਾਂ ਦੀ ਉਮਰ ਤਾਂ ਉਹਦੇ ਤੋਂ 26 ਸਾਲ ਹੀ ਵੱਧ ਰਹਿਣੀ ਆ, ਤਾਂ ਜਿੰਨੀ ਰੋਹਨ ਦੀ ਹੋਊਗੀ ਉਹਦੇ ਵਿੱਚ ਹੀ 26 ਸਾਲ ਪਲੱਸ ਹੋ ਜਾਣਗੇ, ਤਾਂ ਉਹ ਕਿੰਨੇ ਹੋ ਗਏ, ਐਕਸ ਜਮ੍ਹਾਂ 29, 26 ਦੇ ਵਿੱਚ 3। ਹੁਣ ਸਾਨੂੰ ਕੰਡੀਸ਼ਨ ਕੀ ਦਿੱਤੀ ਵੀ ਆ ਕਿ ਦਾ ਪ੍ਰੋਡਕਟ ਆਫ ਦੇਅਰ ਏਜਿਸ 3 ਈਅਰਸ ਫਰੋਮ ਨਾਓ ਵਿਲ ਬੀ 360, ਹੁਣ ਤੋਂ 3 ਸਾਲ ਬਾਅਦ ਉਹਨਾਂ ਦੀਆਂ ਉਮਰਾਂ ਦਾ ਗੁਣਨਫਲ 360 ਹੋ ਜਾਵੇਗਾ। ਤਾਂ ਫਿਰ ਹੁਣ ਇਹਨਾਂ ਦੀਆਂ ਉਮਰਾਂ 3 ਸਾਲਾਂ ਬਾਅਦ ਰੋਹਨ ਦੀ ਉਮਰ ਕਿੰਨੀ ਆ, ਐਕਸ ਜਮ੍ਹਾਂ 3, ਅਤੇ ਉਹਦੀ ਮਦਰ ਦੀ ਉਮਰ ਕਿੰਨੀ ਆ, ਐਕਸ ਜਮ੍ਹਾਂ 29, ਅਤੇ ਉਹਨਾਂ ਦੀ ਗੁਣਾ ਕਿੰਨੀ ਹੋਊਗੀ, 360। ਠੀਕ ਆ, ਤਾਂ ਹੁਣ ਆਪਾਂ ਗੁਣਾ ਕਰ ਲਾਂਗੇ, ਗੁਣਾ ਸਾਨੂੰ ਕਰਨੀ ਆਉਂਦੀ ਹੈ, ਜਮ੍ਹਾਂ 3 ਐਕਸ ਜਮ੍ਹਾਂ 29 ਬਰਾਬਰ 360, ਕਰੋ ਗੁਣਾ, ਐਕਸ ਸਕੇਅਰ ਜਮ੍ਹਾਂ 29 ਐਕਸ ਜਮ੍ਹਾਂ 3 ਐਕਸ, ਫਿਰ 29 ਦੀ 3 ਨਾਲ ਗੁਣਾ ਜਦੋਂ ਤੁਸੀਂ ਕਰੋਗੇ ਤਾਂ ਆਜੂਗਾ 87। ਠੀਕ ਹੈ, ਤਾਂ 360 ਉੱਧਰ ਜਾ ਕੇ ਮਾਈਨਸ ਦਾ ਹੋ ਗਿਆ, ਐਕਸ ਸਕੇਅਰ ਜਮ੍ਹਾਂ 29 ਦੇ ਵਿੱਚ 3 ਜੋੜੇ 32 ਐਕਸ, ਅਤੇ ਜਦੋਂ 87 ਦੇ ਵਿੱਚੋਂ 360 ਵਿੱਚੋਂ 87 ਮਾਈਨਸ ਕਰਕੇ ਦੱਸੋ ਮੈਨੂੰ ਕਿੰਨਾ ਆਇਆ, ਮਾਈਨਸ ਕਰਕੇ ਆ ਗਿਆ 273, ਕਿਉਂਕਿ 360 ਮਾਈਨਸ ਦਿਆ ਤਾਂ ਮਾਈਨਸ ਦਾ ਨਿਸ਼ਾਨ ਲੱਗ ਗਿਆ, ਤਾਂ ਇਹ ਸਾਡੀ ਕੁਆਡਰੈਟਿਕ ਇਕੁਏਸ਼ਨ ਹੈ।